ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ। ਅਸੀਂ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ ਜੀ, 88-470-48-496। ਜੇ ਕਿਸੇ ਵੀਰ ਨੇ ਆਪਣੇ ਇਸ ਚੈਨਲ 'ਤੇ ਟਰੈਕਟਰ, ਖੇਤੀਬਾੜੀ ਮਸ਼ੀਨਰੀ, ਜ਼ਮੀਨ, ਪਲਾਟ, ਮੋਬਾਈਲ ਫੋਨਸ, ਇਹਨਾਂ ਚੀਜ਼ਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਦਿਓ ਜੀ। ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ 'ਤੇ ਕਰ ਦੇਵਾਂਗੇ। ਐਡ ਲਵਾਉਣ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਆਪਣੇ ਚੈਨਲ 'ਤੇ ਜੀ। ਸੋ ਜਿਹੜੇ ਵੀਰ ਆਪਣੇ ਸਾਧਨ ਦੀਆਂ ਫੋਟੋਆਂ ਭੇਜਦੇ ਨੇ ਐਡ ਦੇ ਲਈ, ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ, ਆਪਣੇ ਸਾਧਨ ਦੀ ਜਾਣਕਾਰੀ ਹੈ ਜੋ ਉਹ ਪੂਰੀ ਦੱਸਿਆ ਕਰੋ। ਅਧੂਰੀ ਜਾਣਕਾਰੀ ਕਾਰਨ ਤੁਹਾਡੀ ਐਡ ਨਹੀਂ ਲੱਗ ਪਾਉਂਦੀ ਅਤੇ ਆਪਣੀ ਚੀਜ਼ ਦਾ ਸਾਧਨ ਦਾ ਰੇਟ ਹੈ ਜੋ ਮਾਰਕੀਟ ਹਿਸਾਬ ਨਾਲ ਦੱਸਿਆ ਕਰੋ ਜੀ, ਜ਼ਿਆਦਾ ਰੇਟ ਨਾ ਦੱਸਿਆ ਕਰੋ। ਸੋ ਵੀਰਾਂ ਨੂੰ ਇੱਕ ਹੋਰ ਬੇਨਤੀ ਹੈ ਜੀ, ਹੱਥ ਬੰਨ ਕੇ ਜਿਹੜਾ ਨੰਬਰ ਅਸੀਂ ਹੈਲਪਲਾਈਨ ਦਿੱਤਾ ਹੋਇਆ ਉਸ ਦੇ ਉੱਪਰ ਡਾਇਰੈਕਟ ਕਾਲ ਨਾ ਕਰਿਆ ਕਰੋ। ਤੁਹਾਨੂੰ ਕੋਈ ਵੀ ਕੰਮ ਹੋਵੇ ਤੁਸੀਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਜੀ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੀ 6 ਸਾਧਨ ਸੇਲ ਲਈ ਲੈ ਕੇ ਆਏ ਹਾਂ। ਸਵਰਾਜ 855 ਐਫ ਈ ਟਰੈਕਟਰ, ਪ੍ਰੀਤ 987 ਬੁਲਟ ਸਟੈਂਡਰਡ, ਫਾਰਮਟਰੈਕ 55 HMT 611 ਅਤੇ ਆਈਸ਼ਰ 241 NC ਟਰੈਕਟਰ ਜੀ। ਸਕਰੀਨ ਦੇ ਉੱਪਰ ਤੁਸੀਂ ਫੋਟੋਆਂ ਦੇਖ ਰਹੇ ਹੋ, ਸਵਰਾਜ 855 ਐਫ ਈ 4-star ਟਰੈਕਟਰ ਹੈ ਜੀ। ਇਹ 2016 ਮਾਡਲ ਹੈ, ਪਾਵਰ ਸਟੇਅਰਿੰਗ ਦੇ ਵਿੱਚ ਹੈ ਜੀ, ਰਿਵਰਸ PTO ਡਬਲ ਕਲੱਚ ਟਰੈਕਟਰ ਹੈ। ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 85 ਪੈਸੇ ਹੈ ਜੀ, ਨਾਲ ਦੇ ਟਰੈਕਟਰ ਦੇ ਟਾਇਰ ਨੇ। ਪੰਜਾਬ ਨੰਬਰ ਟਰੈਕਟਰ ਹੈ ਜੀ, ਫਰੀਦਕੋਟ ਦਾ ਨੰਬਰ ਹੈ ਟਰੈਕਟਰ ਦਾ। 85 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ, 2016 ਮਾਡਲ ਹੈ ਜੀ। ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 5,45,000 ਰੁਪਏ, ਬਾਕੀ ਮੌਕੇ 'ਤੇ ਰੇਟ ਹਲਕਾ ਫੁਲਕਾ ਲੈਸ ਹੋ ਜੂਗਾ ਜੀ। ਸਾਰਾ ਟਰੈਕਟਰ ਦਾ ਰੰਗ ਪੇਂਟ ਨਾਲ ਦਾ, ਆਲ ਓਰੀਜਨਲ ਟਰੈਕਟਰ ਹੈ ਜੀ। ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਏਰੀਆ ਮਾਲਕ ਵੀਰ ਦਾ ਬਠਿੰਡਾ ਜੀ, ਬਠਿੰਡੇ ਏਰੀਏ ਦੇ ਵਿੱਚ ਪਿੰਡ ਹੈ ਮਾਲਕ ਵੀਰ ਦਾ, ਪੱਕਾ ਕਲਾਂ ਪਿੰਡ ਹੈ ਵੀਰ ਦਾ ਬਠਿੰਡਾ ਏਰੀਏ ਦੇ ਵਿੱਚ, ਉੱਥੇ ਇਹ ਟਰੈਕਟਰ ਖੜ੍ਹਾ ਜੀ। 6281-44-878 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਤਾਂ ਅੱਗੇ ਹੈ ਜੀ ਆਪਣੇ ਕੋਲ ਸੇਲ ਲਈ ਬੁਲਟ ਮੋਟਰਸਾਈਕਲ, ਬੁਲਟ ਸਟੈਂਡਰਡ 2007 ਮਾਡਲ ਹੈ ਜੀ। ਸਾਰਾ ਬੁਲਟ ਆਲ ਓਰੀਜਨਲ ਹੈ, ਨਵੇਂ ਟਾਇਰ ਨੇ ਜੀ, ਲੋਏ ਵੀਲ ਪਾਏ ਹੋਏ ਨੇ, ਪੰਜਾਬ ਨੰਬਰ ਹੈ। ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਬੁਲਟ ਹੈ ਇਹ। ਸਾਰਾ ਬੁਲਟ A to Z ਓਰੀਜਨਲ ਹੈ ਜੀ, ਓਰੀਜਨਲ ਪੇਂਟ ਹੈ, ਲੋਏ ਵੀਲ ਪਾਏ ਹੋਏ ਨੇ, ਨਵੇਂ ਟਾਇਰ ਨੇ ਜੀ। 26,000 ਕਿਲੋਮੀਟਰ ਚੱਲਿਆ ਹੋਇਆ, 1,20,000 ਰੁਪਇਆ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ ਜੀ, ਬਾਕੀ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਜੀ। ਏਰੀਆ ਮਾਲਕ ਵੀਰ ਦਾ ਮੋਗਾ, ਮੋਗਾ ਏਰੀਏ ਦੇ ਵਿੱਚ ਇਹ ਬੁਲਟ ਖੜ੍ਹਾ ਜੀ, 2007 ਮਾਡਲ ਸਟੈਂਡਰਡ। ਮਾਲਕ ਵੀਰ ਦਾ ਨੰਬਰ ਹੈ ਜੀ 76580-31397, 76580-31397 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਬੁਲਟ ਖਰੀਦਣਾ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ। ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ, ਸਾਰਾ ਬੁਲਟ ਓਰੀਜਨਲ ਹੈ, ਪੰਜਾਬ ਨੰਬਰ ਹੈ ਜੀ, ਨਵੇਂ ਟਾਇਰ ਨੇ, ਸਰਵਿਸ ਵਗੈਰਾ ਓਕੇ ਹੋਈ ਆ। ਸੋ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਸਕਰੀਨ ਦੇ ਨੀਚੇ ਨੰਬਰ ਮਾਲਕ ਵੀਰ ਦਾ ਸ਼ੋ ਹੋ ਰਿਹਾ ਜੀ। ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਇਸ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਕਿਸੇ ਵੀਰ ਦਾ ਕੋਈ ਕਿਸੇ ਨੇ ਸਾਧਨ ਖਰੀਦਣਾ ਹੋਵੇ ਤਾਂ ਵੀਰ ਵੀਡੀਓ ਦੇਖ ਕੇ ਆਪਣੀ ਸਾਧਨ ਖਰੀਦ ਸਕਦਾ ਜੀ। ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਕੰਡੀਸ਼ਨ ਤੁਸੀਂ ਬੁਲਟ ਦੀ ਦੇਖ ਰਹੇ ਹੋ ਜੀ ਫੋਟੋਆਂ ਦੇ ਵਿੱਚ, ਸਾਰਾ ਬੁਲਟ A to Z ਓਰੀਜਨਲ ਹੈ, ਓਰੀਜਨਲ ਪੇਂਟ ਹੈ ਜੀ, ਨਵੇਂ ਟਾਇਰ ਨੇ, 26,000 ਕਿਲੋਮੀਟਰ ਜੈਨੂਅਨ ਚੱਲਿਆ ਹੋਇਆ ਜੀ, 1,20,000 ਰੁਪਇਆ ਵੀਰ ਵੱਲੋਂ ਡਿਮਾਂਡ ਹੈ ਇਸ ਦੀ, ਮੋਗਾ ਵੀਰ ਦਾ ਏਰੀਆ, 76580-31397 ਮਾਲਕ ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ।
ਤਾਂ ਅੱਗੇ ਆ ਜੀ ਆਪਣੇ ਕੋਲ ਸੇਲ ਲਈ ਕੰਬਾਈਨ ਪ੍ਰੀਤ 987 ਪ੍ਰੀਤ 987 ਕੰਬਾਈਨ ਸੇਲ ਲਈ ਹੈ ਜੀ ਆਪਣੇ ਕੋਲ 2012 ਮਾਡਲ ਹੈ 2012 ਮਾਡਲ ਕੰਬਾਈਨ ਹੈ ਜੀ ਪੰਜਾਬ ਨੰਬਰ ਹੈ ਰੰਗ ਪੇਂਟ ਸਾਰਾ ਨਾਲ ਦਾ ਪੂਰੀ ਸਾਫ਼ ਕੰਬਾਈਨ ਹੈ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ 75 ਪੈਸੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਹੈ ਜੀ 75 ਪੈਸੇ ਪੰਜਾਬ ਨੰਬਰ ਹੈ ਪ੍ਰੀਤ 987 ਪੂਰੀ ਸਾਫ਼ ਕੰਬਾਈਨ ਹੈ ਜੀ ਰੰਗ ਪੇਂਟ ਸਾਰਾ ਕੁਛ ਬਹੁਤ ਵਧੀਆ ਪਿਆ ਸਾਰਾ ਕੰਮ ਵਗੈਰਾ ਹੋਇਆ ਜੀ ਬਿਲਕੁਲ ਕੋਈ ਹੱਥ ਲਾਉਣ ਦੀ ਵੀ ਨਹੀਂ ਲੋੜ ਕਿਤੇ ਵੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ ਜੀ 10,50,000 ਰੁਪਏ ਬਾਕੀ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਜੀ ਏਰੀਆ ਮਾਲਕ ਵੀਰ ਦਾ ਜੀ ਪਟਿਆਲਾ ਉੱਥੇ ਇਹ ਕੰਬਾਈਨ ਖੜ੍ਹੀ ਹੈ ਪਟਿਆਲਾ ਏਰੀਏ ਦੇ ਵਿੱਚ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਮਾਲਕ ਵੀਰ ਨਾਲ ਤੁਸੀਂ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਹੈ ਜੀ 99147035050 99147035050 ਮਾਲਕ ਵੀਰ ਦਾ ਨੰਬਰ ਹੈ ਜੇ ਕਿਸੇ ਵੀਰ ਨੇ ਇਹ ਕੰਬਾਈਨ ਖਰੀਦਣੀ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਸਕਰੀਨ ਦੇ ਉੱਪਰ ਤੁਸੀਂ ਫੋਟੋਆਂ ਦੇਖ ਰਹੇ ਹੋ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ ਟਰੈਕਟਰ ਫਾਰਮਟ੍ਰੈਕ 55 1999 ਮਾਡਲ ਟਰੈਕਟਰ ਹੈ ਜੀ ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਇੰਜਣ ਗੇਅਰ ਲਿਫਟ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਜੀ ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਕਿਤੇ ਕੋਈ ਲੀਕੇਜ ਵਗੈਰਾ ਨਹੀਂ ਜੀ ਇੰਜਣ ਗੇਅਰ ਸਾਰਾ ਕੁਝ ਸੁੱਕਾ ਪਿਆ ਕਿਤੇ ਕੋਈ ਲੀਕੇਜ ਨਹੀਂ ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ 40-45 ਪੈਸੇ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਹੈ ਟਰੈਕਟਰ ਦੀ ਜੀ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ 1,50,000 ਰੁਪਇਆ ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਟਰੈਕਟਰ ਦਾ ਜੀ ਏਰੀਆ ਮਾਲਕ ਵੀਰ ਦਾ ਜੀ ਲੁਧਿਆਣਾ ਕੰਟੈਕਟ ਨੰਬਰ ਹੈ ਜੀ 98140026 91 ਨੰਬਰ ਦੁਬਾਰੇ ਫਿਰ ਦੱਸ ਦਿੰਦੇ ਮਾਲਕ ਵੀਰ ਦਾ ਜੀ 98140026 91 ਮਾਲਕ ਵੀਰ ਦਾ ਨੰਬਰ ਹੈ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਅਤੇ ਆਪਣੀ ਇਸ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਰ ਦਿਆ ਕਰੋ ਅਤੇ ਆਪਣੇ ਯਾਰਾਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਵੀਡੀਓ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਜਾਂ ਤੁਸੀਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਾਏ ਦੇਣੀ ਹੋਵੇ ਤਾਂ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਸੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਬਾਕੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਤਾਂ ਅੱਗੇ ਹੈ ਜੀ ਆਪਣੇ ਕੋਲ ਸੇਲ ਲਈ HMT 6611 ਟਰੈਕਟਰ ਸਕਰੀਨ ਦੇ ਉੱਪਰ ਤੁਸੀਂ ਫੋਟੋਆਂ ਦੇਖ ਰਹੇ ਹੋ ਜੀ HMT 6611 ਟਰੈਕਟਰ ਦੀਆਂ 1995 ਮਾਡਲ ਟਰੈਕਟਰ ਹੈ ਜੀ ਇਹ ਸਾਰਾ ਟਰੈਕਟਰ ਓਰੀਜਨਲ ਹੈ ਰੰਗ ਪੇਂਟ ਸਾਰਾ ਨਾਲ ਦਾ ਟਰੈਕਟਰ ਦਾ ਪੰਜਾਬ ਨੰਬਰ ਟਰੈਕਟਰ ਹੈ ਜੀ ਇੰਜਣ ਗੇਅਰ ਲਿਫਟ ਪੰਪ ਦਾ ਸਾਰਾ ਕੰਮ ਟਰੈਕਟਰ ਦਾ ਹੋਇਆ ਜੀ ਬਿਲਕੁਲ ਨਵੇਂ ਟਾਇਰ ਨੇ ਜੀ ਟਰੈਕਟਰ ਦੇ ਪੰਜਾਬ ਨੰਬਰ ਹੈ ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ ਬਹੁਤ ਸਾਫ਼ ਟਰੈਕਟਰ ਪਿਆ ਜੀ ਇਹ 1995 ਮਾਡਲ ਹੈ ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਜੀ 385,000 ਰੁਪਏ ਬਾਕੀ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ ਟਰੈਕਟਰ ਦਾ ਜੀ ਪਾਵਰ ਸਟੇਅਰਿੰਗ ਕੀਤਾ ਹੋਇਆ ਟਰੈਕਟਰ ਨੂੰ ਏਰੀਆ ਮਾਲਕ ਵੀਰ ਦਾ ਜੀ ਬਰਨਾਲਾ ਏਰੀਆ ਦੇ ਵਿੱਚ ਟਰੈਕਟਰ ਖੜ੍ਹਾ ਜੀ ਇਹ ਮਾਲਕ ਵੀਰ ਦਾ ਨੰਬਰ ਹੈ 87288010044 87288010044 ਮਾਲਕ ਵੀਰ ਦਾ ਨੰਬਰ ਹੈ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਤਾਂ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ 1995 ਮਾਡਲ ਟਰੈਕਟਰ ਹੈ ਜੀ ਇੰਜਣ ਗੇਅਰ ਲਿਫਟ ਪੰਪ ਦਾ ਕੰਮ ਹੋਇਆ ਟਰੈਕਟਰ ਦਾ ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਪਾਵਰ ਸਟੇਅਰਿੰਗ ਕੀਤਾ ਹੋਇਆ ਟਰੈਕਟਰ ਜੀ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਟਾਇਰ ਨੇ ਜੀ ਬਾਕੀ ਸਾਰਾ ਸਾਫ਼ ਸੁਥਰਾ ਟਰੈਕਟਰ ਪਿਆ ਜੀ ਕਿਤੇ ਕੋਈ ਲੀਕੇਜ ਵਗੈਰਾ ਨਹੀਂ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ 380,000 ਰੁਪਇਆ ਡਿਮਾਂਡ ਹੈ ਵੀਰ ਵੱਲੋਂ ਬਰਨਾਲਾ ਏਰੀਆ ਮਾਲਕ ਵੀਰ ਦਾ ਨੰਬਰ ਹੈ ਜੀ 87288
01044। ਸੋ ਅੱਗੇ ਜੀ ਆਪਣੇ ਕੋਲ ਸੇਲੀ ਟਰੈਕਟਰ ਆਈਸ਼ਰ 241 ਨਵੀਂ ਬੈਟਰੀ ਹੈ ਜੀ ਐਮਰੋਨ ਦੀ। ਇੰਜਨ ਗੇਅਰ ਲਿਫਟ ਪੰਪ ਦਾ ਕੰਮ ਟਰੈਕਟਰ ਦਾ ਹੋਇਆ। ਪੰਜਾਬ ਨੰਬਰ ਟਰੈਕਟਰ ਹੈ, ਬਿਲਕੁਲ ਸਾਫ਼ ਟਰੈਕਟਰ ਪਿਆ, ਸ਼ੋਅ ਵਗੈਰਾ ਸਾਰਾ ਕੁਛ ਸਾਫ਼ ਹੈ, ਕਿਤੇ ਕੋਈ ਜ਼ਰ ਵਗੈਰਾ ਨਹੀਂ ਹੈਗੀ। 1994 ਮਾਡਲ ਟਰੈਕਟਰ ਹੈ ਜੀ, ਨਵੀਂ ਬੈਟਰੀ ਆ, ਸਰਵਿਸ ਵਗੈਰਾ ਹੋਈ ਹੋਈ ਹੈ, ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ। 130,000 ਰੁਪਇਆ ਮਾਲਕ ਵੀਰ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ। ਟਾਇਰਾਂ ਦੀ ਕੰਡੀਸ਼ਨ ਹੈ ਜੀ 70-75 ਪੈਸੇ, 70-75 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਆ। ਰਾਮਪੁਰਾ ਫੁੱਲ ਵੀਰ ਦਾ ਏਰੀਆ। ਕੰਟੈਕਟ ਨੰਬਰ ਹੈ ਜੀ ਮਾਲਕ ਦਾ 76-76-268-27-668। ਮਾਲਕ ਵੀਰ ਦਾ ਨੰਬਰ ਹੈ, ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ 'ਤੇ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਸੋ ਵੀਡੀਓ ਦੇ ਅੰਤ ਵਿੱਚ ਫਿਰ ਬੇਨਤੀ ਹੈ ਜੀ, ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਜੀ। ਵੀਡੀਓ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ। ਵੀਡੀਓ ਦੇਖਣ ਦੇ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।